ਵਾਹਿਗੁਰੂ ਜਪ ਜਿੱਤ ਜਾਈਏ ਮੰਜ਼ਲਾਂ ਬਿਲੋ ਅਸੀਂ ਨਹੀਂ ਕਹਿੰਦੇ ਬਾਗੀ ਤਾਂ ਫਿਰ ਬਾਗੀ ਆ ਤੇ ਦੂਜੇ ਪਾਸੇ ਕਹਿੰਦੇ ਚਿੰਮੇ ਬਾਈ ਨੇ ਵੀ ਅੱਤ ਕਰਾਈ ਹੋਈ ਆ। ਦੋ ਤਿੰਨ ਦਿਨ ਚ ਹੀ ਗਾਣਾ 3 ਮਿਲੀਅਨ ਤੋਂ ਉੱਪਰ ਚਲਿਆ ਗਿਆ ਤੇ ਨਾਲ ਹੀ ਇਹ ਗਾਣਾ ਟ੍ਰੈਂਡਿੰਗ ਚ ਆ ਰਿਹਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਾਗੀ ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਗਾਇਕ ਜਿਸ ਨੂੰ ਲੋਕ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਆ। ਬਾਗੀ ਬੜਕੀ ਅਜਿਹੀ ਮਾਰਦਾ ਹੈ ਕਿ ਲੋਕ ਉਸਦੇ ਫੈਨ ਹੋ ਚੁੱਕੇ ਨੇ। ਲੋਕ ਕਹਿੰਦੇ ਨੇ ਕਿ ਮੂਸੇ ਵਾਲੇ ਤੋਂ ਬਾਅਦ ਹੁਣ ਬਾਗੀ ਦੇ ਗਾਣੇ ਸੁਣਨੇ ਪਸੰਦ ਨੇ। ਬਾਗੀ ਦੀ ਗੱਲ ਕੀਤੀ ਜਾਵੇ ਤਾਂ ਬਾਗੀ ਵੀ ਗੁਰਦਾਸਪੁਰ ਦਾ ਪੋਤੇ ਤੇ ਦੂਜੇ ਪਾਸੇ ਬਾਈ ਚਿੰਮੇ ਦੀ ਗੱਲ ਕੀਤੀ ਜਾਵੇ ਤਾਂ ਬਾਈ ਚਿੰਮਾ ਵੀ ਗੁਰਦਾਸਪੁਰੀ ਆਏ। ਹਾਲ ਹੀ ਵਿੱਚ ਬਾਈ ਚਿੰਮੇ ਦਾ ਇੱਕ ਗਾਣਾ ਆਇਆ ਟਰੰਪ, ਜਿਸ ਵਿੱਚ ਇੱਕ ਲਾਈਨ ਸੀ, ਵਾਹਿਗੁਰੂ ਜਪ ਕੇ ਤੇ ਜਾਈਏ ਮੰਜ਼ਲਾਂ ਬਿੱਲੋ ਅਸੀਂ ਨਹੀਂ ਉਹ ਡੇਰਿਆਂ ਤੇ ਚੌਂਕੀ ਭਰਦੇ। ਵਾਹਿਗੁਰੂ ਜਪ ਜਿੱਤ ਜਾਈਏ ਮੰਜ਼ਲਾਂ ਬਿੱਲੋ ਅਸੀਂ ਨਹੀਂ ਉਹ ਡੇਰਿਆਂ ਤੇ ਚੌਂਕੀ ਭਰਦੇ। ਸੋ ਇਸ ਲਾਈਨ ਨੇ ਇੱਕ ਕੰਟਰੋਵਰਸੀ ਜੀ ਬਣਾ ਦਿੱਤੀ ਹੈ। ਲੋਕ ਕਹਿ ਰਹੇ ਨੇ ਕਿ ਚਿੰਮੇ ਬਾਈ ਨੇ ਸਿੱਧਾ ਸਿੱਧਾ ਰਿਪਲਾਈ ਕੀਤਾ ਹੈ ਬਾਗੀ ਨੂੰ, ਕਿਉਂਕਿ ਬਾਗੀ ਬਾਕਰਪੁਰ ਵਾਲਿਆਂ ਦੇ ਡੇਰੇ ਜਾਂਦਾ ਹੈ। ਜੀ ਹਾਂ, ਬਾਗੀ ਸਾਈ ਸੁਰਿੰਦਰ ਸਾਹ ਜੀ ਉਹਨਾਂ ਨੂੰ ਮੰਨਦਾ ਹੈ। ਭਾਵੇਂ ਬਾਗੀ ਇਹ ਗੱਲ ਕਹਿੰਦਾ ਹੈ ਕਿ ਜੇ ਉਹ ਡੇਰੇ ਜਾਂਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਭ ਤੋਂ ਉੱਪਰ ਮੰਨਦਾ ਹੈ, ਪਰ ਹਾਲ ਹੀ ਵਿੱਚ ਚਿੰਮੇ ਬਾਈ ਦੇ ਇਸ ਗਾਣੇ ਨੇ ਇੱਕ ਕੰਟਰੋਵਰਸੀ ਜੀ ਚਲਾਈ ਹੋਈ ਹੈ। ਲੋਕ ਕਹਿ ਰਹੇ ਨੇ ਕਿ ਚਿੰਮੇ ਬਾਈ ਨੇ ਸਿੱਧਾ ਸਿੱਧਾ ਬਾਗੀ ਨੂੰ ਰਿਪਲਾਈ ਕੀਤਾ ਹੈ। ਹੁਣ ਪਤਾ ਨਹੀਂ ਇਹ ਚਿੰਮੇ ਬਾਈ ਨੇ ਬਾਗੀ ਨੂੰ ਰਿਪਲਾਈ ਕੀਤਾ ਹੈ ਜਾਂ ਫਿਰ ਇਹ ਬਾਕੀ ਹੋਰਾਂ ਗਾਇਕਾਂ ਲਈ ਜਾਂ ਹੋਰਾਂ ਲੋਕਾਂ ਦੇ ਲਈ ਵੀ ਆ ਜੋ ਡੇਰਿਆਂ 'ਚ ਜਾਂਦੇ ਆ। ਸੋ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਕੀ ਲੱਗਦਾ ਹੈ ਕਿ ਚਿੰਮੇ ਬਾਈ ਨੇ ਬਾਗੀ ਨੂੰ ਰਿਪਲਾਈ ਕੀਤਾ ਜਾਂ ਫਿਰ ਨਹੀਂ। ਤੇ ਜੇ ਤੁਸੀਂ ਚਿੰਮੇ ਬਾਈ ਦਾ ਇਹ ਗਾਣਾ ਨਹੀਂ ਸੁਣਿਆ ਤੇ ਆਪਾਂ ਡਿਸਕ੍ਰਿਪਸ਼ਨ 'ਚ ਇਸ ਦਾ ਲਿੰਕ ਦੇ ਦੇਵਾਂਗੇ, ਤੁਸੀਂ ਉਸ ਤੇ ਕਲਿੱਕ ਕਰਕੇ ਗਾਣਾ ਸੁਣ ਸਕਦੇ ਹੋ। ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।